ਅਜੀਬ ਬਵੰਡਰ ਸਮੱਗਰੀ, ਪਾਣੀ ਵਾਲਾ ਛੋਟਾ ਕੂਲਰ ਵਾਲਾ ਪੰਪ, ਲੱਕੜੀ ਦਾ ਸਟੈਂਡ, ਪਲਾਸਟਿਕ ਦੀ ਲਚਕਦਾਰ ਪਾਈਪ, ਹੇਠੋਂ ਕੱਟੀ ਹੋਈ ਪਲਾਸਟਿਕ ਦੀ ਬੋਤਲ। ਇੱਕ ਛੋਟੇ ਪੰਪ ਵਿੱਚ ਥੋੜ੍ਹਾ ਜਿਹਾ ਬਦਲਾਵ ਕਰੋ ਤਾਂ ਜੋ ਅੰਦਰ ਜਾਣ ਲਈ ਰਸਤਾ ਹੇਠਾਂ ਵਾਲਾ ਅਤੇ ਪਾਣੀ ਬਾਹਰ ਜਾਣ ਵਾਲੇ ਉੱਪਰ ਵਾਲਾ ਰਸਤਾ ਹੋਵੇ। ਪਾਣੀ ਬਾਹਰ ਜਾਣ ਵਾਲੇ ਰਸਤੇ ਤੋਂ ਲਚਕਦਾਰ ਪਾਈਪ, ਪਲਾਸਟਿਕ ਦੀ ਬੋਤਲ ਦੇ ਹੇਠਲੇ ਸਿਰੇ 'ਤੇ ਲਗਾ ਕੇ ਬੋਤਲ ਨੂੰ ਉਲਟਾ ਖੜਾ ਕਰੋ। ਬੋਤਲ ਦੇ ਉੱਪਰਲੇ ਸਿਰੇ ਤੋਂ ਪਾਈਪ ਪੰਪ ਦੇ ਪਾਣੀ ਅੰਦਰ ਜਾਣ ਵਾਲੇ ਰਸਤੇ 'ਤੇ ਲਗਾਓ। ਬੋਤਲ ਵਿੱਚ ਪਾਈਪ ਦੇ ਪੱਧਰ ਤੱਕ ਪਾਣੀ ਭਰੋ। ਜਿਵੇਂ ਜਿਵੇਂ ਪਾਣੀ ਹੇਠਾਂ ਆਵੇਗਾ, ਇਸਦਾ ਬਵੰਡਰ ਬਣਨਾ ਸ਼ੁਰੂ ਹੋ ਜਾਵੇਗਾ, ਬਵੰਡਰ ਦਾ ਸ਼ੰਕੂ ਬਣ ਜਾਵੇਗਾ। ਇਸ ਵਿੱਚ ਇੱਕ ਸਟਾਇਰੋਫੋਮ ਦੀ ਗੋਲੀ ਰੱਖਣ 'ਤੇ ਹੇਠਾਂ ਵੱਲ ਜਾਂਦੀ ਹੈ ਅਤੇ ਅੰਦਰ ਵੱਲ ਖਿੱਚੀ ਜਾਂਦੀ ਹੈ। ਤੁਸੀਂ ਬਵੰਡਰ ਦਾ ਵੋਰਟੈਕਸ ਬਣਿਆ ਦੇਖ ਸਕਦੇ ਹੋ। ਇਸ ਦੇ ਉੱਪਰਲੇ ਸਿਰੇ 'ਤੇ ਛੋਟੀ ਹਲਕੀ ਗੇਂਦ ਰੱਖਣ ਨਾਲ ਇਹ ਅੰਦਰ ਵੱਲ ਖਿੱਚੀ ਜਾਂਦੀ ਹੈ, ਜਿਵੇਂ ਬਲੈਕ ਹੋਲ ਵਿੱਚ ਖਿੱਚੀ ਗਈ ਹੋਵੇ।